ਤੇ ਅੰਮ੍ਰਿਤਸਰ ਦੇ ਵਿੱਚ ਇੱਕ ਚਾਚੇ ਦੇ ਵੱਲੋਂ ਆਪਣੇ ਭਤੀਜੇ ਦਾ ਤੇ ਆਪਣੀ ਮਾਂ ਦਾ ਤੇ ਆਪਣੀ ਭਾਬੀ ਦਾ ਕਤਲ ਕਰ ਦਿੱਤਾ। ਤੁਹਾਨੂੰ ਦੱਸਦੇ ਕਿ ਬੀਤੀ ਰਾਤ ਪਿੰਡ ਕਦੋਂ ਵਾਲੀਏ ਦੇ ਵਿੱਚ ਇੱਕ ਚਾਚੇ ਦੇ ਵੱਲੋਂ ਆਪਣੇ ਭਤੀਜੇ ਦਾ ਆਪਣੀ ਭਾਬੀ ਦਾ ਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਖੁਦ ਚਾਚਾ ਪੁਲਿਸ ਸਟੇਸ਼ਨ ਪਹੁੰਚ ਗਿਆ। ਤੇ ਆਖਿਰ ਕਿਉਂ ਚਾਚੇ ਨੇ ਆਪਣੇ ਭਤੀਜੇ ਆਪਣੀ ਮਾਂ ਅਤੇ ਭਾਬੀ ਦਾ ਕਤਲ ਕੀਤਾ, ਇਸ ਦੀ ਅਜੇ ਵਜ੍ਹਾ ਨਹੀਂ ਸਾਹਮਣੇ ਆਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਇਹ ਜਿਹੜਾ ਅੰਮ੍ਰਿਤਪਾਲ ਅਕਿਊਜ਼ ਦਾ, ਇਹਨੇ ਆਪਣੀ ਭਾਬੀ ਨੂੰ ਮਾਰਿਆ ਦੱਤ ਦੇ ਨਾਲ, ਉਹਦੇ ਬਾਅਦ ਫਿਰ ਇਹਨੇ ਨਾਲ ਹੀ ਆਪਣੀ ਬੱਚਾ ਦੇ ਇਹਨੇ ਮੇਲ ਮੈਂਬਰ ਉਹਨੂੰ ਮਾਰਤਾ ਅਤੇ ਨਾਲ ਹੀ ਆਪਣੀ ਮਦਰ ਨੂੰ ਮਾਰਤਾ। ਕਾਰਨ ਕੀ ਰਿਹਾ? ਕਾਰਨ ਅਜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਵੈਸੇ ਥੋੜ੍ਹਾ ਬਹੁਤ ਇਹ ਇੰਨਾ ਕੁ ਪਤਾ ਲੱਗਾ ਵੀ ਇਹਦੀ ਫੈਮਿਲੀ ਜਿਹੜੀ ਸੀਗੀ ਉਹ 'ਚ ਅਜੇ ਦੋ ਬੱਚੀਆਂ ਹੀ ਨੇ, ਅਤੇ ਇਹਦੀ ਵਾਈਫ ਜਿਹੜੀ ਇਹ ਪੇਕੇ ਘਰ ਚਲੇ ਗਈ ਸੀ, ਇਹਦੇ ਪਰ ਥੋੜ੍ਹਾ ਟੈਨਸ਼ਨ ਚੱਲ ਰਹੀ। ਹਾਂਜੀ, ਆਪਣੇ ਆਪ ਆਇਆ ਪੁਲਿਸ ਥਾਣੇ ਜਾਂ? ਹਾਂਜੀ ਹਾਂਜੀ, ਇਹਨੇ ਸਰ ਇਹ ਕਤਲ ਕਰਕੇ ਤਾਂ ਦੱਸਤਾ ਸੀਗਾ ਪੁਲਿਸ 'ਚ। ਸਰ ਕੋਈ ਨਸ਼ਾ ਵਗੈਰਾ ਵੀ ਕਰਦਾ ਜੀ? ਨਹੀਂ, ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਸਾਡੇ। ਬੇਸਿਕਲੀ ਥੋੜ੍ਹਾ ਇਹ ਅੰਡਰ ਟੈਨਸ਼ਨ ਸੀ ਫੈਮਿਲੀ ਡਿਸਪਿਊਟ ਕਰਕੇ, ਕਿਉਂਕਿ ਇਹਦਾ ਫੈਮਿਲੀ ਨਹੀਂ ਸੀ ਇਹਦੇ ਕੋਲ ਨਾਲ ਰਹਿੰਦੀ, ਅਤੇ ਉਹ ਪੇਕੇ ਚਲੇ ਗਈ ਸੀ। ਵੀਡੀਓ ਬਣਾਈ ਸੀ ਸਵੇਰੇ ਕੋਈ ਜਦੋਂ ਇਹਨੇ ਮਰਡਰ ਕੀਤਾ ਜੋ ਤੁਹਾਡੇ? ਉਹ ਮੇਰੇ ਨੋਟਿਸ 'ਚ ਨਹੀਂ, ਮੈਂ ਜਸਟ ਆਇਆ ਸੀਗਾ। ਬਾਕੀ ਐਸਪੀ ਸਾਹਿਬ ਕੋ ਪੁੱਛ ਲਈ ਕੋਈ ਮੁੱਖ ਕਾਰਨ ਦੱਸਿਆ? ਉਸ ਮੇਲਾ ਵੀ ਝਗੜਾ ਰਹਿੰਦਾ ਸੀ? ਹਾਂਜੀ, ਪਰਿਵਾਰ 'ਚ ਕੋਈ ਪਹਿਲਾਂ ਵੀ ਝਗੜਾ ਰਹਿੰਦਾ ਸੀ ਆਪਸ ਵਿੱਚ? ਨਹੀਂ, ਬੜਾ ਵਧੀਆ ਨਾ ਪਰਿਵਾਰ 'ਚ, ਕੋਈ ਇਹੋ ਜਿਹੀ ਗੱਲ ਨਹੀਂ, ਪਿਆਰ ਮੁਹੱਬਤ ਨਾਲ ਰਹਿੰਦੇ ਸੀ। ਕੋਈ ਇਹੋ ਜਿਹੀ ਲੜਾਈ ਝਗੜੇ ਵਾਲੀ ਨਹੀਂ ਅਜੇ ਸਾਡੇ ਨੋਟਿਸ 'ਚ ਆਈ ਗੱਲ। ਕਿਸ ਚੀਜ਼ ਨਾਲ ਕਤਲ ਕੀਤਾ? ਦਾਤਰ ਨਾਲ ਜੀ। ਬਰਾਮਦ ਕਰ ਲਿਆ ਜੀ? ਜੀ ਜਿਹੜਾ ਛੋਟਾ ਜਿਹਾ ਮਾਸੂਮ ਬੱਚਾ ਸੀ ਉਹਨੂੰ ਵੀ ਦਾਤਰ ਨਾਲ ਮਾਰਿਆ ਗਿਆ? ਜੀ ਜੀ ਜੀ। ਦੇਖੋ ਜੀ, ਉਹ ਹੁਣ ਸਾਨੂੰ ਇਹ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ, ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ, ਕੋਈ ਲੜਾਈ ਝਗੜਾ ਨਹੀਂ ਆ, ਉਹ ਉਹਦੇ ਕੋਲ ਕਿਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜਿਹੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ, ਬਟ ਉਹ ਥੋੜ੍ਹਾ ਅੰਡਰ ਟੈਨਸ਼ਨ 'ਚ ਹੋਣ ਕਰਕੇ ਹੋਇਆ। ਹਾਂਜੀ ਹਾਂਜੀ, ਹਾਂਜੀ, ਐਸ ਐਚ ਓ ਸਾਹਿਬ ਨੇ, ਉਹ ਤੁਹਾਨੂੰ ਮੌਕੇ 'ਤੇ ਦੱਸ ਦਿੰਦੇ ਨੇ। ਅੱਜ ਜੀ ਥਾਣਾ ਝੰਡੇਰ 'ਚ ਪਿੰਡ ਕੰਦੋਵਾਲੀ ਪਿੰਡ ਹੈ ਜੀ, ਇੱਥੇ ਕਰੀਬ ਰਾਤ 1:30 ਦੀ ਕਰੀਬ ਵਾਰਦਾਤ ਹੋਈ ਹੈ। ਇਹਦੇ ਵਿੱਚ ਅਕਿਊਜ਼ ਜਿਹੜਾ ਅੰਮ੍ਰਿਤਪਾਲ ਆ, ਉਹਨੇ ਆਪਣੀ ਭਰਜਾਈ ਔਰ ਆਪਣੀ ਮਦਰ, ਮਾਂ ਔਰ ਬੱਚਾ ਕਰੀਬ 2.5 ਸਾਲ ਦਾ, ਉਹਦਾ ਮਰਡਰ ਕੀਤਾ ਜੀ। ਦੱਸਿਆ ਉਹਨੇ ਕਿਉਂ ਕੀਤਾ ਤੁਹਾਡੇ ਕੋਲ ਆਪ ਗਿਆ ਆਇਆ ਤਾਂ ਵਜ੍ਹਾ ਦੱਸੀ? ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ। ਉਹਦੀ ਫੈਮਿਲੀ ਜਿਹੜੀ ਉਹ 'ਚ 2 ਬੇਟੀਆਂ ਨੇ, ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ 'ਚ, ਇਸ ਕਰਕੇ ਥੋੜ੍ਹਾ ਸੀਗਾ ਜੀ। ਪਰਿਵਾਰ ਦਾ ਇਲਜ਼ਾਮ ਹੈ ਕੋਈ ਨਸ਼ਾ ਕਰਨ ਦਾ ਆਦੀ ਸੀਗਾ, ਨਸ਼ਾ ਪੀਣ ਇਲਜ਼ਾਮ ਮਿਲਦਾ? ਨਹੀਂ ਜੀ, ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਫਿਲਹਾਲ ਦੱਸਿਆ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਲੇਕਿਨ ਉਹ ਥੋੜ੍ਹਾ ਸੀਗਾ ਸਟ੍ਰੈਸ ਦੇ ਵਿੱਚ, ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ, ਵਾਈਫ ਔਰ 2 ਬੇਟੀਆਂ ਸੀਗੀਆਂ, ਜਿਹਦੇ ਕਰਕੇ ਇੰਨਾ ਸਟ੍ਰੈਸ ਸੀਗਾ। ਨਸ਼ਾ ਛਡਾ ਕਹਿੰਦੇ ਕਿ ਛੱਡਿਆ ਗਿਆ ਸੀਗਾ, ਫਿਰ ਵੀ ਆ ਕੇ ਨਸ਼ਾ? ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਹੈ ਨਹੀਂ, ਕੋਈ ਇਹੋ ਜਿਹੀ ਗੱਲ ਨੋਟਿਸ 'ਚ ਨਹੀਂ ਆਈ। ਔਰ ਇਹ ਸੀਗਾ ਥੋੜ੍ਹਾ ਇਹ ਮੈਂਟਲੀ ਥੋੜ੍ਹਾ ਸਟ੍ਰੈਸ 'ਚ ਸੀਗਾ, ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫ ਆ 2 ਬੇਟੀਆਂ ਨੇ ਇਕੱਲੀਆਂ, ਉਹਦੇ ਕਰਕੇ ਥੋੜ੍ਹਾ ਸਟ੍ਰੈਸ 'ਚ ਰਹਿੰਦਾ, ਇਹ ਉਹ ਚਲੇ ਗਿਆ। ਹੁਣ ਕਸਟਡੀ ਜਾਂ ਤੁਹਾਡੀ ਕੋਲ? ਹਾਂਜੀ, ਤੁਹਾਡੀ ਕਸਟਡੀ 'ਚ ਜੀ?